Yeah.
Thank you.
Oh,
Oh.
Thank you.
Thank you.
ਸਾਰੇ ਭੈਣ ਭਰਾ ਬੱਚਿਆਂ ਦਾ ਠੀਕ ਖਿਆਲ ਰੱਖਣ, ਤੇ ਜਦੋਂ ਬਾਹਰੋਂ ਉਹਨਾਂ ਦੇ ਉੱਪਰ ਗਲਤ ਗੱਲਾਂ ਦਾ ਪ੍ਰਭਾਵ ਪੈਂਦਾ ਤਾਂ ਉਹ ਪ੍ਰਭਾਵ ਉਹਨਾਂ ਅਸਰ ਨਹੀਂ ਕਰ ਸਕਦਾ ਜਿੰਨਾ ਘਰ ਦਾ ਪ੍ਰਭਾਵ ਹੁੰਦਾ। ਲੇਕਿਨ ਜਦੋਂ ਘਰ ਦਾ ਮਾਹੌਲ ਆਪਣਾ ਥੋੜਾ ਖਰਾਬ ਹੁੰਦਾ, ਉਹਦੇ ਵਿੱਚ ਗਲਤ ਕੰਮ ਨੂੰ ਸਾਹ ਦੇਣ ਵਾਲੇ ਲੋਕ ਹੁੰਦੇ ਆ, ਤੇ ਜਦੋਂ ਬਾਹਰ ਦਾ ਪ੍ਰਭਾਵ ਮਾੜਾ ਪੈਂਦਾ ਤੇ ਬੱਚੇ ਫਿਰ ਗੱਲਾਂ ਹੋ ਜਾਂਦੇ ਆ। ਅੱਜ ਪੰਜਾਬ ਦੇ ਲੋਕ ਇੱਕ ਬੜੇ ਹੀ ਔਖੇ ਮੋੜ ਦੇ ਵਿੱਚ ਲੰਘ ਰਹੇ ਆ, ਖਾਸ ਕਰਕੇ ਸਾਡੀ ਜਵਾਨੀ ਨਸ਼ਿਆਂ ਦੇ ਵਿੱਚ ਝਗੜੇ ਝਾਂਜਿਆਂ ਦੇ ਵਿੱਚ, ਔਰ ਸ਼ਰੀਫ ਲੋਕਾਂ ਨੂੰ ਕੰਮਕਾਰੀ ਲੋਕਾਂ ਨੂੰ ਤੰਗ ਕਰਨ ਦੇ ਵਿੱਚ ਇੱਕ ਨਵਾਂ ਜਿਹਾ ਵਿਧਾਨ ਆ ਗਿਆ ਜਿਹੜਾ ਸਾਨੂੰ ਸਾਰਿਆਂ ਨੂੰ ਭੁਗਣਾ ਪੈ ਰਿਹਾ। ਤੁਹਾਡਾ ਕਿਸੇ ਨਾ ਕੋਈ ਨੌਕਰੀ ਹੁੰਦਾ, ਕਿਸੇ ਨਾਲ ਵੈਰ ਨਹੀਂ ਹੁੰਦਾ, ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਸੇ ਛੋਟੀ ਮੋਟੀ ਗੱਲ 'ਤੇ ਕਦੋਂ ਵੀ 25 ਮੁੰਡੇ ਆ ਕੇ ਤੁਹਾਡੇ ਘਰ ਪੈ ਜਾਂਦੇ ਆ, ਤੁਹਾਨੂੰ ਰਸਤੇ ਵਿੱਚ ਪੈ ਜਾਂਦੇ ਆ, ਮਤਲਬ ਕੋਈ ਸੁਰੱਖਿਅਤ ਹੀ ਨਹੀਂ ਸਮਝਦਾ ਆਪਣੇ ਆਪ ਨੂੰ। ਇਹਦੇ ਵਿੱਚ ਜਿੱਥੇ ਸਰਕਾਰਾਂ ਦਾ ਰੋਲ ਆ, ਪੁਲਿਸ ਦਾ ਰੋਲ ਆ, ਸਮਾਜ ਦੇ ਗਲਤ ਅੰਸਰਾਂ ਦਾ ਰੋਲ ਆ, ਉੱਥੇ ਸਾਡਾ ਆਪਣਾ ਆਲੇ ਦੁਆਲੇ ਦਾ ਵੀ ਰੋਲ ਆ। ਸੋ ਮੈਂ ਇਹ ਸਮਝਦਾ, ਜ਼ਿਆਦਾ ਮੈਂ ਇਸ ਵਿਸ਼ੇ ਦੇ ਵਿੱਚ ਅੱਗੇ ਨਾ ਜਾਂਦਾ ਹੋਇਆ ਕਿ ਜਿਵੇਂ ਦਾ ਇਹ ਪਰਿਵਾਰ ਆ, ਜੋ ਭੈਣ ਜੀ ਦਾ ਰੋਲ ਇਸ ਪਰਿਵਾਰ ਦੇ ਵਿੱਚ ਸੀ, ਅਗਰ ਸਾਡੀਆਂ ਭੈਣਾਂ ਸਾਡੇ ਭਰਾ ਮਾਪੇ ਬੱਚਿਆਂ ਦੇ ਅਸੀਂ ਨੇਕ ਜ਼ਿੰਦਗੀ ਵਿੱਚ ਯਕੀਨ ਕਰੀਏ, ਜੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਆ, ਆਪਣੀ ਕਿਰਤ ਕਮਾਈ ਵਿੱਚ ਯਕੀਨ ਰੱਖੀਏ, ਖੋ ਕੇ ਖਾਣ ਦੀ ਰਾਤੋ ਰਾਤ ਅਮੀਰ ਬਣਨ ਦੀ ਜਿਹੜੀ ਲਾਲਸ ਆ, ਇਹ ਵਧੋ ਵਧੀ ਗਲਤ ਪਾਸੇ ਲੈ ਕੇ ਜਾਂਦੀ ਆ, ਇਹਤੋਂ ਬਚੀਏ। ਸੋ ਮੈਂ ਸਮਝਦਾ ਕਿ ਅੱਜ ਜਿੱਥੇ ਅਸੀਂ ਭੈਣ ਜੀ ਨੂੰ ਸ਼ਰਧਾ ਦੇ ਪ੍ਰਗਟ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਉੱਥੇ ਅਸੀਂ ਸਮਾਜ ਦੇ ਵਿੱਚ ਕਿਉਂਕਿ ਉਮਰਾਂ ਦਾ ਲਿਹਾਜ਼ ਦੇ ਨਾਲ ਇੱਕੋ ਜਿਹੀ ਆ, ਅਗਰ ਕੋਈ ਗੰਭੀਰ ਬਿਮਾਰੀ ਨਾ ਲੱਗੇ ਤਾਂ 80-90 ਦੇ ਵਿੱਚ ਲਗਭਗ ਮਿਲਾਉਣ ਦੀ ਜਿਹੜੀ ਆ ਉਹਨੂੰ ਜਾਣਾ ਪੈਂਦਾ। ਸੋ ਇਹਦੀ ਉਮਰ ਦੇ ਵਿੱਚ ਬਹੁਤੇ ਦਾਤ ਜਿੰਨੇ ਮਰਜ਼ੀ ਭੰਡਾਰ ਜਮ੍ਹਾਂ ਕਰ ਦਈਏ, ਇੱਥੇ ਰਹਿਣੇ ਆ, ਇਸੇ ਸਮਾਜ ਦਾ ਹਿੱਸਾ ਨੇ ਉਹ। ਦੁਨੀਆਂ ਦੇ ਵਿੱਚ ਬੜੀਆਂ ਬੜੀਆਂ ਆਫਤਾਂ ਪੈਂਦੀਆਂ ਨੇ, ਸਭ ਕੁਝ ਕੀਤਾ ਕਰਾਇਆ ਸਾਫ਼ ਹੋ ਜਾਂਦਾ। ਸੋ ਸਾਨੂੰ ਅੱਜ ਦੇ ਦਿਨ ਜਿੱਥੇ ਅਸੀਂ ਭੈਣ ਜੀ ਨੂੰ ਸ਼ਰਧਾ ਦੇ ਪ੍ਰਗਟ ਕਰਦੇ ਹਾਂ, ਮੈਂ ਸਮਝਦਾ ਇਸ ਪਰਿਵਾਰ ਦੇ ਕੋਲੋਂ ਭੈਣ ਜੀ ਦੇ ਕੋਲੋਂ ਇਹ ਵੀ ਇੱਕ ਸਿੱਖਿਆ ਲਈਏ, ਆਪਾਂ ਵੀ ਆਪਣੇ ਆਲੇ ਦੁਆਲੇ ਨੇਕ ਚੱਲਣੀ ਵਾਲੇ ਬੱਚਿਆਂ ਨੂੰ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਮਦਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵਨ ਦੀ ਸੱਚਾਈ ਆਪਾਂ ਨੂੰ ਮੰਨਣੀ ਪੈਂਦੀ ਹੈ, ਜਿਹੜਾ ਜਨਮ ਮਰਨਾ 84 ਜੀਵਨ ਦੇ ਵਿੱਚ ਜਿਹੜਾ ਵੀ ਜੀਵ ਹੈ ਕੋਈ ਵੀ ਬਚਾ ਨਹੀਂ ਜਾਣਾ। ਇਤਿਹਾਸ ਚ ਲਿਖਿਆ ਵੀ ਕਿਵੇਂ ਵਾਪਸ ਸਾਨੂੰ ਵਰਦਾਨ ਮਿਲਿਆ ਸੀ, ਹਮੇਸ਼ਾ ਹੀ ਮੌਤਾਂ ਦੇ ਮੌਤ ਨਹੀਂ ਬੜਾ ਵਧੀਆ ਹੈ ਸੁਣਿਆ ਇਤਿਹਾਸ ਸਾਕਸ਼ੀ ਹੈ, ਕੋਈ ਵੀ ਨਹੀਂ ਬਚ ਰਿਹਾ। ਉਹ ਵਰਦਾਨ ਦੇ ਵੀਡੀਓ ਦਾ ਨੇੜੇ ਦਾ ਆਪਾਂ ਵਿਛੋੜਾ ਹੁੰਦਾ ਪਤਾ ਕਰੇ ਉਹ ਬਰਦਾਸ਼ਤ ਨਹੀਂ ਕਰ ਰਹੇ।
ਕਿਸੇ ਵੀ ਬੰਦੇ ਦਾ ਇੰਡੀਵਿਜੁਅਲ ਸ਼ਮਤਾ ਉਹਦਾ ਇੰਡੀਵਿਜੁਅਲ ਕੈਪੈਸਿਟੀ ਜਿਹੜੀ ਹੈਗੀ ਕੰਪੋਜੀਸ਼ਨ ਆਫ ਬੋਡੀ ਜਿਹੜਾ ਹੈਗਾ ਉਹਦੇ ਡਿਪੈਂਡ ਕਰਦਾ ਹੈ। ਇੱਕ ਬੰਦਾ ਕਿਸੇ ਵੀ ਤਕਲੀਫ 'ਚ ਖੜ ਕੇ ਸਭ ਕੁਛ ਸੰਭਾਲ ਲੈਂਦਾ ਅਤੇ ਇੱਕ ਬੰਦਾ ਆਪਣਾ ਹੌਸਲਾ ਛੱਡ ਜਾਂਦਾ। ਹੌਸਲਾ ਕੀ ਛੱਡਦਾ? ਇਹੋ ਜਿਹੇ ਵੀ ਇਤਿਹਾਸ 'ਚ ਉਦਾਹਰਣ ਕਹਿਣ ਨੇ ਕਿ ਜਹਾਜ਼ ਨਾਲ ਦੇ ਨਾਲ ਹਾਰਟ ਅਟੈਕ ਹੋ ਗਿਆ, ਜੀਵਨ ਦੁਆ ਹੋ ਗਿਆ। ਉਹ ਬਿਲਡਮ ਦੀ ਕੋਈ ਨੇੜੇ ਤੇੜੇ ਕੋਈ ਨਿਰਾ ਹੀ ਸਾਰਾ ਹੀ ਜਿਹੜਾ ਭਾਵਨਾ ਦਾ ਹੀ ਬਣਿਆ ਹੋਇਆ ਹੈ। ਲੇਕਿਨ ਆਪਾਂ ਕਹਿ ਸਕਦੇ ਹਾਂ ਵੀ ਉਹਦਾ ਜਾਣ ਵੀ ਉਸੇ ਤਰੀਕੇ ਨਾਲ ਨਹੀਂ ਹੈ। ਵਾਹਿਗੁਰੂ ਜੀ, ਅੱਜ ਵਿੱਚ ਆਪਾਂ ਇਹ ਗੱਲ ਨੂੰ ਬਹਿ ਕੇ ਡਿਸਕਸ ਕਰਦੇ ਹਾਂ, ਚਰਚਾ ਕਰਦੇ ਹਾਂ, ਸਮਝ ਆਉਂਦੀ ਹੈ ਕਿ ਜਿਹੜਾ ਪਰਮਾਤਮਾ ਦੀ ਕੰਪਿਊਟਰ ਤੇ ਫਿੱਟ ਹੋਇਆ ਹਰ ਬੰਦੇ ਦਾ, ਹਰ ਜੀਵਾਤਮਾ ਦਾ ਕੋਈ ਵੀ ਬਣਾ। ਮੈਨੂੰ ਤੁਹਾਡਾ ਨਾਲ ਗੱਲ ਕਰਿਆ ਚੇਤਾ ਆ ਰਿਹਾ ਸੀ, ਮੇਰੇ ਕੋਲ ਕਿਸੇ ਵੇਲੇ ਦੋ ਢਾਈ ਸਾਲ ਮੇਰੇ ਜੀਵਨ ਦੇ ਨਿਕਲ ਸਕੂਲ ਲੈ ਕੇ ਮੇਰੇ ਨਾਲ ਪੜ੍ਹਿਆ ਹੋਇਆ ਇੱਕ ਕੰਮ ਕਰਿਆ, ਮੈਂ ਪੜ੍ਹਦਾ ਬਹੁਤ ਬੜਾ ਡਾਕਟਰ ਬਣ ਗਿਆ ਸੀ। ਮੈਂ ਮਿਨਿਸਟਰ ਸਾਂ ਅਤੇ ਦਿੱਲੀ ਮੈਨੂੰ ਆ ਕੇ ਮਿਲਿਆ, ਕਹਿੰਦਾ ਚੰਦਰਪਾਲ ਜੀ ਮੇਰਾ ਅੱਜਕੱਲ੍ਹ ਹੋਸਪਿਟਲ ਮੇਰੇ ਵਿੱਚ ਬਹੁਤ ਚੰਗਾ ਚੱਲਦਾ ਹੈ ਅਤੇ ਮੈਨੂੰ ਹਾਰਟ ਦੇ ਕੋਈ ਮਾਸਟਰੀ ਨਹੀਂ ਲਗਾਇਆ। ਹਾਰਟ ਤਾਂ ਬਹੁਤ ਮਹਿੰਗਾ ਬੰਦਾ ਜਾਂਦਾ, ਮੈਂ ਖੁਦ ਜੀਵਨ ਤੌਰ 'ਤੇ ਕੰਟਰੋਲ ਕਰ ਰਿਹਾ। ਕਹਿੰਦਾ ਜੀ ਹਾਰਟ ਫੇਲ ਨਹੀਂ ਹੋਣ ਦਿਆ ਮੇਰੇ ਕੋਲ ਕੋਈ ਵੀ ਕਦੇ ਸਿਆਸੀ ਸਮਾਜਿਕ ਰਾਜਨੀਤਿਕ ਲਾਈਫ ਮੈਂ ਬਹੁਤ ਮਰੀਜ਼ਾਂ ਨਾਲ ਬੰਦਿਆਂ ਨਾਲ ਬਹੁਤ ਹੁੰਦਾ ਹੈ ਜੇ ਹਾਰਟ ਦਾ ਕੋਈ ਵੀ ਮਰੀਜ਼ ਮੈਨੂੰ ਕੋਈ। ਮੈਂ ਕਹਿੰਦਾ ਇਹ ਬਹੁਤ ਚੰਗੀ ਗੱਲ ਹੋਈ, ਸਾਰੇ ਵੀਰ ਨਾਲ ਬਹੁਤ ਚੰਗੀ ਤਾਕਤ ਮਿਲ ਰਹੀ ਹੈ। ਪੰਜ ਛੇ ਸਾਲ ਪਹਿਲਾਂ ਜੇ ਪੰਜਾਹ ਸਾਲ ਦੀ ਉਮਰ ਹੋਣੀ ਮੇਰੇ ਦੂਸਰੇ ਮਿੱਤਰ ਦਾ ਫੋਨ ਆਇਆ, ਭਾਜੀ ਕਿਤੇ ਦਿੱਲੀ ਵੱਲ ਸਾਓ ਅਤੇ ਮੇਰਾ ਕਿਹੜਾ ਮਾਰ ਕੇ ਜਾਏਗਾ। ਕੀ ਗੱਲ ਹੋ ਗਈ? ਕਹਿੰਦਾ ਡਾਕਟਰ ਸਾਹਿਬ ਨੂੰ ਮਿਲ ਰਹੀ। ਤਾਂ ਕੀ ਹੋਇਆ? ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਤਾਂ ਚੰਗੇ ਭਲੇ ਸੀ, ਕੋਈ ਬਿਮਾਰੀ ਨਹੀਂ ਹੋਈ ਸੀ ਅਤੇ ਹਾਰਟ ਦੇ ਘਰ ਉਹ ਕਰਦੇ ਸੀ, ਦੂਜਿਆਂ ਨੂੰ ਵੀ ਮਰ ਦਿੰਦੇ ਸੀ। ਕਹਿੰਦਾ 500-700 ਮਰੀਜ਼ ਰੋਜ਼ ਦਿੱਲੀ ਵੇਖਦੇ ਸੀ ਅਤੇ ਸ਼ਾਮ ਨੂੰ ਮਰੀਜ਼ਾਂ ਨੂੰ ਫਾਰਿਗ ਕਰਕੇ ਸਨਸੈਟ ਦੇ ਨੇੜੇ ਤੇੜੇ ਕੁਰਸੀ ਤੋਂ ਉੱਠ ਕੇ ਪਿਛਲੇ ਪਾਸੇ ਬੂਹਾ ਸੀ ਜਿਹੜਾ ਮਕਾਨ 'ਤੇ ਐਂਟਰੀ ਕਰਦਾ, ਉੱਠ ਕੇ ਕਹਿੰਦਾ ਬੂਹੇ 'ਤੇ ਕਦਮ ਰੱਖਿਆ ਅਤੇ ਦਰ ਸਾਹਿਬ ਡਿੱਗ ਪਿਆ ਉੱਥੇ ਹੀ ਮਾਰ। ਅਰਦਾਸ ਨੂੰ ਤਾਂ ਮਾੜਾ ਜਿਹਾ ਅੰਦਾਜ਼ਾ ਲਾਇਆ, ਦਵਾਈਆਂ ਉੱਥੇ ਲੱਗੀ ਸੀ ਅਤੇ ਹਾਰਟ ਦਾ ਸਿਮਟਮ ਡਾਕਟਰ ਆਪਣਾ ਜੇ ਮਹਿਸੂਸ ਕਰਨ ਦਾ ਮੌਕਾ ਵੀ ਇਹਨੂੰ ਕੋਈ ਨਹੀਂ ਮਿਲਿਆ ਅਤੇ ਉਹ ਗੁੜੀਆ ਜੀ ਨੂੰ ਗੋਲੀ ਜੀ ਨੂੰ ਆਪਣੀ ਜੀਭ 'ਤੇ ਜਲਾਸ ਗਿਆ, ਪੂਰਾ ਹੋ ਗਿਆ। ਲੋਕਮਾਨ ਜਿਹੜੇ ਵੈਦ ਹੋ ਰਹੇ ਨੇ ਉਹਨਾਂ ਦੀ ਗੋਲਾਂ ਤਾਂ ਕਈਆਂ ਨੇ ਉਹ ਖੁਦ ਵੀ ਗਏ, ਡਾਕਟਰ ਸਾਰੇ ਜਾਂਦੇ ਨੇ ਕੋਈ ਨਹੀਂ ਮਿਲਦਾ। ਗਰੀਬ 100-125 ਦਾ ਪੂਰਾ ਕਰ ਸਕਦਾ, ਹੋ ਸਕਦਾ ਹੈ ਕਿ ਸਾਰਾ ਸਾਧਨ ਸੰਪੰਨ ਬੰਦਾ 50 ਸਾਲ, 40 ਸਾਲ, 20 ਸਾਲ, 10 ਸਾਲ, 70 ਸਾਲ, 80 ਸਾਲ। ਇਹ ਵਿਜ਼ਡਮ ਦੀ ਗੱਲ ਹੈ, ਗ੍ਰੰਥਾਂ 'ਚ ਲਿਖਿਆ ਹੈ, ਜਿਹੜਾ ਆਇਆ ਉਹਨੇ ਜਾਣਾ ਹੈ। ਬਟ ਜਿਹੜੀ ਸਾਂਝ ਹੈ, ਰਿਲੇਸ਼ਨ ਹੈ, ਜਿਹੜਾ ਇਮੋਸ਼ਨ ਹੈ, ਉਹ ਸਮਾਜ ਨੂੰ ਬੰਦ ਕੇ ਰੱਖਦਾ ਅਤੇ ਨਾਲੇ ਦੇ ਲੋਕ ਵੀ ਹੁੰਦਾ ਹੈ ਅਤੇ ਇਮੋਸ਼ਨ ਨਾ ਹੋਏ ਸਾਰਾ ਗਿਆਨ ਹੀ ਗਿਆਨ ਹੋ ਜਾਵੇ। ਮੈਂ ਕਿਹਾ ਲਾਈਫ ਦਾ ਤਜਰਬਾ ਜਾਣੇ ਅਤੇ ਜ਼ਿੰਦਗੀ ਦਾ ਤਜਰਬਾ ਜਾਣੇ। ਪਿੰਡ ਹੁੰਦੀ ਹੈ ਤਾਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ, ਇੱਕ ਦੂਜੇ ਨੂੰ ਤਾਕਤ ਦਿੰਦੇ ਹਾਂ, ਹੌਸਲਾ ਦਿੰਦੇ ਹਾਂ। ਖੁਸ਼ੀ ਹੁੰਦੀ ਹੈ ਤਾਂ ਇੱਕ ਦੂਜੇ ਨਾਲ ਸਾਥ ਕਰਕੇ ਇਹ 100-125 ਸਾਲ, 80-70 ਵਿਚਾਰੇ ਸਾਹਿਬ ਜਿਹੋ ਜਿਹੇ ਜਿਹਦੇ ਖਾਤੇ 'ਚ ਪਰਮਾਤਮਾ ਨੇ ਪਾਏ ਹੋਏ ਨੇ ਉੱਚੀ ਖਾਣਾ ਲਾ ਰਹੇ ਹੋਏ ਨੇ। ਭੈਣ ਜੀ ਬੜੇ ਤਕੜੇ ਸਨ, ਬਹੁਤ ਹਿੰਮਤ ਵਾਲੇ ਸਨ, ਲੇਕਿਨ ਪਰਮਾਤਮਾ ਨੇ ਸਾਰਾ ਪਰਿਵਾਰ ਵਿੱਚ ਬਹੁਤ ਤਕੜਾ, ਸਾਡੇ ਭੈਣ ਭਰਾ ਸਾਰੇ ਤਕੜੇ ਨੇ, ਬਜ਼ੁਰਗ ਤਕੜੇ ਨੇ, ਸਾਰੇ ਹੌਸਲੇ ਵਾਲੇ ਨੇ, ਚੰਗਾ ਪਰਿਵਾਰ। ਸ਼ਾਦੀ ਹੋ ਗਿਆ, ਇਸ ਦਾ ਸੰਦੇਸ਼ ਬਹੁਤ ਦਿਆਲੂ ਬੰਦੇ ਨੇ ਔਰ ਈਸ਼ਵਰ ਨੂੰ ਵਾਹਿਗੁਰੂ ਨੂੰ ਮੰਨਣ ਵਾਲੇ ਬੰਦੇ ਨੇ। ਆਪਣਾ ਪਰਿਵਾਰ ਸੀ,
ਜਿਹੜਾ ਕਪਤਾ ਮਿਲੀ ਸਾਰੇ ਆ ਇਕੱਠੇ ਹੋਏ ਹਾਂ, ਸਾਰੇ ਪਰਿਵਾਰ ਵਾਲੇ ਦੋਸਤ ਮਿੱਤਰ ਰਿਸ਼ਤੇਦਾਰ ਸਾਰਾ ਪਰਿਵਾਰ ਇਕੱਠਾ ਹੋਇਆ, ਸਾਰੇ ਮਿਲ ਕੇ ਅੱਜ ਬੱਚਿਆਂ ਲਈ ਮਾਂ ਬੜੀ ਠੀਕ ਹੈ। ਪਹਿਲੀ ਗੱਲ ਕਿ ਸੁਰਜੀਤ
ਨਹੀਂ, ਆਪਣੇ ਦੇਵਰਾਂ ਦੀ ਮਾਂ, ਰਿਸ਼ਤੇਦਾਰਾਂ ਦੀ ਮਾਂ ਦੇ ਕੇ ਪਾਰ ਲਗਾ ਦਿੱਤਾ ਸੀ ਆਪਣੇ ਬੱਚਿਆਂ ਦੀ ਮਾਂ। ਉਹਦਾ ਅਜੇ ਚੇਤੀ ਜਾਣਾ ਮਾਂ ਦੀ ਜੋ ਤਲਵੱਕੜੀ ਹੈ ਦੁਨੀਆਂ ਦੇ ਬਹੁਤ ਵੱਖਰੀ ਹੈ। ਜਦ ਧਾਰ ਕੇ ਗੱਲ ਨਾਲ ਮਿਲਦੀ ਹੈ ਬੱਚਿਆਂ ਦੀ ਦੁਨੀਆਂ ਮਿਲਦੀ ਹੈ, ਕਦੀ ਪੁੱਤ ਦੇ ਘਰ ਜਾਂ ਵੜਦੀ ਹੈ ਛਾਂ ਠੰਡੀ ਕਾਗਜ਼ ਕਰਦੀ ਹੈ, ਉਹਦੇ ਬਾਲਾਂ ਨੂੰ ਰਚਾਉਂਦੀ ਹੈ ਲਾਂ ਹਿਗੜਾ ਠਾਂ ਤੋਂ ਪਾਉਂਦੀ ਹੈ, ਉਹਨੂੰ ਧੀ ਦੀ ਉਮੀਦ ਪਿਆਰੀ ਹੈ ਮਾਂ ਜਗ ਦੀ ਚੀਰ ਲਿਆਰੀ ਹੈ। ਕੁਝ ਪੁੱਛਦੀ ਹੈ ਕੁਝ ਦੱਸਦੀ ਹੈ ਮਾਂ ਨਾਲ ਦੁਨੀਆਂ ਵਸਦੀ ਹੈ। ਇੰਨਾ ਵੱਡਾ ਢਾਂਗਾ ਜਿਸ ਪਰਿਵਾਰ ਵਿੱਚ ਸੁਰਜੀਤ ਆਈ ਸੀ ਉਹ ਇੱਕ ਸ਼ਾਨਦਾਰ ਵਾਲਾ ਪਰਿਵਾਰ ਸੀ, ਉਹਦੇ ਵਿੱਚ ਰੋਸ਼ਨੀ ਸੀ, ਦੇਸ਼ ਦੀ ਆਜ਼ਾਦੀ ਦੇ ਘੋਲ ਦੇ ਉਪਰੰਤ ਸਮਾਜਿਕ ਬਰਾਬਰੀ ਦੀ ਰੋਸ਼ਨੀ, ਸਮਾਜ ਦੇ ਵੈਲਫੇਅਰ ਦੀ ਰੋਸ਼ਨੀ, ਗੱਗੜੀ ਬਾਬਿਆਂ ਦੇ ਸੰਘਰਸ਼ ਦੀ ਰੋਸ਼ਨੀ। ਮੇਰੀ ਮਾਂ ਸਤਿਕਾਰਯੋਗ ਭਾਜੀ ਪੂਰਨ ਸਿੰਘ ਤੋਂ ਇਹ ਦੇਖਣੇ ਪੈਣੇ ਸੀ ਜਿਹੜੇ ਭਾਜੀ ਨੇ ਵਿਖਾਜੇ ਸੀ ਆਪਣੇ ਸਾਥੀਆਂ ਵਾਂਗ। ਇੱਕ ਗੱਲ ਜ਼ਰੂਰੀ, ਉਹਨਾਂ ਦੀ ਵਿਚਾਰਧਾਰਾ ਆਪਣੀ ਕੁਝ ਵੀ ਹੋਵੇ ਪਰ ਉਹਨਾਂ ਨੇ ਬਰਾਦਰੀ ਭਾਵ ਵਿੱਚ ਸਾਂਝੀ ਮਾਨਤਾ ਦੇ ਵਿੱਚ ਰਿਸ਼ਤਿਆਂ ਵਿੱਚ ਆਪਣੇ ਵਿਚਾਰਾਂ ਨੂੰ ਰਾਜਨੀਤੀ ਨੂੰ ਕਦੇ ਨਹੀਂ ਸੀ ਆਉਣ ਦਿੱਤਾ। ਚਾਹੇ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ। ਸੋ ਇਸ ਪ੍ਰਕਾਰ ਦੇ ਪਰਿਵਾਰ ਵਿੱਚ ਆ ਰਹਿਣਾ ਜਿਹਦੇ ਪੁੱਤਰਾਂ ਨੇ ਵੀ ਉਹ ਹੀ ਰਾਹ ਤਿਆਰ ਕੀਤਾ ਹੋਵੇ ਲੋਕ ਸੇਵਾ ਦਾ, ਅਤੇ ਉਸੇ ਤਰ੍ਹਾਂ ਆ ਕੇ ਘਰ ਜਾਣਾ ਬੜੀ ਵੱਡੀ ਗੱਲ ਹੈ। ਸਾਰੀਆਂ ਉਹਨਾਂ ਪਰਿਵਾਰ ਦੀਆਂ ਹੁੰਦੀਆਂ ਜਿੰਦਗੀਆਂ, ਪਰ ਵੱਡੀ ਲੋਕ ਆ ਇੱਕ ਬਹੁਤ ਵੱਡੀ ਕੁਰਬਾਨੀ ਹੁੰਦੀ ਆ ਜਿਸਨੇ ਆ ਕੇ ਉਸ ਪਰਿਵਾਰ ਵਿੱਚ ਆਪਣੇ ਆਪ ਨੂੰ ਉਤਾਰਨਾ। ਸੰਗੀਤ ਐਸੀ ਪਛਾਣ ਕਾਇਮ ਕਰ ਗਈ ਆ, ਇੱਕ ਰੋਲ ਮਾਡਲ ਆ ਅੱਜ ਦੀਆਂ ਨਾਰੀਆਂ ਲਈ, ਅੱਜ ਦੀਆਂ ਸਾਡੀਆਂ ਬੇਟੀਆਂ ਲਈ, ਭੈਣਾਂ ਲਈ। ਇਹ ਨਾਰੀ ਨੇ ਅਗਲੇ ਪਰਿਵਾਰ ਵਿੱਚ ਜਾ ਕੇ ਕਿਸ ਤਰ੍ਹਾਂ ਆਪਣੇ ਆਪ ਨੂੰ ਐਡਜਸਟ ਕਰਨਾ, ਉਸ ਦੇ ਮਾਡਲ ਚੱਲਦੇ ਆ। ਇਸ ਘਰ ਦੀ ਧੀ ਡਾਕਟਰ ਰਣਜੀਤ ਕੌਰ ਸ਼ਾਹੀ ਅਤੇ ਘਰ ਦੀ ਬੇਟੀ ਛੋਟੀ ਨਾ ਹੋ, ਕੋਈ ਰੋਲ ਮਾਡਲ ਆ ਜਿਨ੍ਹਾਂ ਲਈ ਸਦੀਆਂ ਅਤੇ ਨਾ ਆਖੀਆਂ ਜੋ ਬੜੀਆਂ ਲੱਗ ਜਾਣ, ਸਦੀਆਂ ਸੇ ਨਾਨਕਾ ਜੋ ਫਿਰੋਂ ਚੋਟ ਕਰਾਂ। ਇਹਨਾਂ ਬੱਚੀਆਂ ਦੀ ਵਿਚਾਰਧਾਰਾ ਸੋਚ ਸਮਾਜ ਨੂੰ ਸਾਦਗੀ ਦੇਣ ਵਾਲੀ ਉਹ ਇਸ ਪਰਿਵਾਰ ਦੀ ਹੈ। ਸੋ ਸੰਗੀਤ ਸਾਨੂੰ ਇੰਨਾ ਕੁਛ ਦੇ ਕੇ ਗਈ ਆ, ਇੰਨਾ ਪਿਆਰ ਦੇ ਕੇ ਗਈ ਆ, ਹਰ ਇੱਕ ਦੀ ਯਾਦ ਪਟਾਰੀ ਵਿੱਚ ਉਸਦੀਆਂ ਯਾਦਾਂ ਚ ਪਈਆਂ। ਸਾਡੇ ਨਾਲ ਉਸਦਾ ਵਾਹ ਉਸਦੇ ਸਹੁਰਾ ਸਾਹਿਬ ਰਾਜੀ ਪੂਰਨ ਸਿੰਘ ਨਾਲ, ਤੇਰੇ ਪਿਤਾ ਜੀ ਸ਼ਹੀਦ ਦੇਸ਼ ਭਗਤ ਗਿਆਨ ਸਿੰਘ ਛੱਜਰਵੱਟੀ ਕਰਦੇ, ਅਤੇ ਮੇਰੀ ਵੱਡੀ ਭੈਣ ਦੇਸ਼ ਸੇਵਕ ਬੀਬੀ ਕੀਰਤਨ ਸਿੰਘ ਕਰਦੀ ਗਈ। ਕਿੰਨਾ ਚਾਨਣ ਸੀ ਪਰਿਵਾਰ ਵਿੱਚ ਸੁਰਜੀਤ ਦੀ ਸ਼ਾਦੀ ਹੋਵੇ, ਲੇਕਿਨ ਸੁਰਜੀਤ ਨੇ ਜਮਾਤ ਪੂਰੀ ਕਰਨੀ ਸੀ। ਮੇਰਾ ਗੱਲ ਦਸਵੀਂ ਜਮਾਤ ਦੀ ਗੱਲ ਹੈ, ਔਰ ਮਾਂ ਜੀ ਦੇ ਕਹਿਣ 'ਤੇ ਅੱਜ ਕਿਹੜੀ ਨੌਜਵਾਨ ਕੁੜੀ ਆ ਜਿਹੜੀ ਸਹੁਰੇ ਦੇ ਕਹਿਣ 'ਤੇ ਵਿਆਹ ਨੂੰ ਗ੍ਰਹਿ ਉਪਰੰਤ ਕਿਸੇ ਵਿਦਿਅਕ ਸੰਸਥਾ ਵਿੱਚ ਜਾਂਦੀ ਆ, ਹੋਸਟਲ ਵਿੱਚ ਜਾਂਦੀ ਆ, ਹੁੰਦਾ ਕੀ ਆ ਅਜੇ ਕੱਲ੍ਹ 'ਤੇ ਮੇਰਾ ਵਿਆਹ। ਸੋ ਇਸ ਨਾਰੀ ਨੇ ਇੱਕ ਪਸਾਰ ਕਾਇਮ ਕੀਤੀ ਆਪਣੇ ਸਹੁਰੇ ਦੀ ਯਾਦਾਂ ਲੰਬੀਆਂ ਹੋਇਆਂ। ਸਾਡਾ ਨਾਮ ਰਾਮਸ਼ੀ ਗਹਿਲ ਸੀ, ਸਾਡੇ ਬਾਪ ਦੀ ਯਾਦ ਕਰੇ ਸੂਬੇ, ਉੱਥੇ ਯਾਦ ਦਿਓਰੇ ਉੱਥੇ ਸਾਡਾ ਉਹਦੇ ਨਾਲ ਵਾਹ ਪਿਆ। 13 ਸਾਲ ਗੁਜ਼ਰ ਗਏ ਆ 50 ਤੋਂ ਵੱਧ, ਸੁਰਜੀਤ ਨੇ ਉਹ ਪਿਆਰ ਉਹ ਮਾਣ ਰੱਖਿਆ
एक महान लाड़ी सी बेवकती जान नाल ठीक साड़ी ताकत फौज भी वेली आ कि मनुख ज्योति योग नाल लग जाती आ मनुख का जीव का नित घर जा के वासा हो जाता ते परलोक यात्रा आरंभ हो जाती पर समाज इस लोक यात्रा है ओने किन्नी मेहनत नाल कीती किन्ने हठ नाल कीती हौसला कीता पर उस जो कष्ट आ गया वह बहुत बड़ी गल खुदा करता कि परिवार बच्चिया पति मेरी मां देश पर प्यो की पत्नी कहती रही थी कि मां अपने अंदर की रोना रोना जिस जाग हो गए तो कल से सुरजीत को असि सारे तुसी एडा वड्डा परिवार उस को याद करते हैं पर उसका खाना है सो साडे वालों उस ना